ਤੁਸੀਂ ਵੇਖਦੇ ਪਏ ਹੋ ਸਾਡਾ ਯੂਟਿਊਬ ਫੇਸਬੁੱਕ ਅਤੇ ਟਿਕਟਾਕ ਅਕਾਊਂਟ ਮੁਬੀਨ ਐਗਰੀਕਲਚਰ ਵੀਡੀਓ ਬਣਾਈ ਜਾ ਰਹੀ ਹੈ ਕਰੀਮ ਬਾਗ ਕਮਿਸ਼ਨ ਸ਼ਾਪ ਗੱਲਾ ਮੰਡੀ ਆਰਿਆ ਵਾਲਾ ਦੁਕਾਨ ਨੰਬਰ 5B ਅਤੇ ਅੱਜ ਰੇਟਾਂ ਦੀ ਗੱਲ ਕਰਦੇ ਹਾਂ ਜ਼ਰੇ ਅਜਨਾਸ ਦੀ ਖਰੀਦ ਫਰੋਖਤ ਦਾ ਬਾਇਤਮੰਦ ਮਰਕਜ਼ ਕਰੀਮ ਬਾਗ ਕਮਿਸ਼ਨ ਸ਼ਾਪ 6 ਅਕਤੂਬਰ 2024 ਅਤੇ ਧਾਂ ਜਾਂ ਹਾਈਬ੍ਰਿਡ ਐਰੀ 6 ਦੀ ਗੱਲ ਕਰੀਏ ਮਾਰਕੀਟ ਜਿਹੜੀ ਹੈ ਇਹਦੇ ਅੰਦਰ ਬਹੁਤ ਜ਼ਿਆਦਾ ਮੰਦਾ ਨਜ਼ਰ ਆ ਰਿਹਾ ਹੈ ਮਾਰਕੀਟ ਜਿਹੜੀ ਹੈ ਫੁੱਲ ਬਹਿ ਗਈ ਹੈ ਅਤੇ ਰੇਟਾਂ ਦੀ ਗੱਲ ਕਰੀਏ 2000 ਰੁਪਏ ਤੋਂ ਲੈ ਕੇ 2200 ਤੱਕ ਮਾਲ ਵਿਕਦਾ ਪਿਆ ਇਹ ਮਾਲ 27-28 ਸੌ ਰੁਪਏ ਰੇਟ ਥਾ ਅਤੇ ਯਕਦਮ ਮਾਰਕੀਟ ਬਹਿ ਗਈ ਹੈ ਅਤੇ 2000 ਤੋਂ ਲੈ ਕੇ 2200 ਤੱਕ ਚੰਗਾ ਮਾਲ ਜਿਹੜਾ 2200 ਵਿਕਦਾ ਪਿਆ ਨਾਰਮਲ ਜਿਹੜਾ ਮਾਲ 2000 ਤੱਕ ਵਿਕ ਰਿਹਾ ਇਹ ਹਨ ਅੱਜ ਦੇ ਰੇਟ ਇਸ ਤੋਂ ਬਾਅਦ ਧਾਨ ਜੋ ਫਾਈਨ ਦੀ ਗੱਲ ਕਰੀਏ ਹਾਈਬ੍ਰਿਡ 109 ਦੀ ਮਾਰਕੀਟ ਇਹਦੀ ਵੀ ਡਾਊਨ ਹੈ ਕਾਫੀ ਜ਼ਿਆਦਾ 2200 ਤੋਂ ਲੈ ਕੇ 2500 ਤੱਕ ਮਾਲ ਵਿਕਦਾ ਪਿਆ ਜਿਹੜੇ ਚੰਗੇ ਟਾਪ ਦੇ ਮਾਲ 2500 ਤੱਕ ਵਿਕ ਰਹੇ ਹਨ ਯਾਨੀ 2400-2500 ਦੇ ਦਰਮਿਆਨ ਮਾਲ ਵਿਕ ਜਾਂਦਾ ਜਿਹੜਾ ਟਾਪ ਦੇ ਮਾਲ ਅਤੇ ਨਾਰਮਲ ਜਿਹੜੇ ਕੁਆਲਿਟੀ ਵਾਲੇ ਮਾਲ ਹਨ ਉਹ 2200 ਰੁਪਏ ਤੱਕ ਵਿਕਦੇ ਪੈਣ ਇਸ ਤੋਂ ਬਾਅਦ ਧਾਨ 509 ਜਿਹੜੇ ਟਾਪ ਮਾਲ ਹਨ ਉਹਦੀ ਮਾਰਕੀਟ ਦੇ ਅੰਦਰ ਤਕਰੀਬਨ 200 ਰੁਪਏ ਕਮੀ ਵੇਖੀ ਗਈ ਹੈ 4100 ਤੱਕ ਚੰਗੇ ਮਾਲ ਵਿਕਦੇ ਪਏ ਅਤੇ ਨਾਰਮਲ ਜਿਹੜੇ ਹੈ 3900 ਰੁਪਏ ਅਤੇ ਰੇਟ ਦੀ ਗੱਲ ਕਰੀਏ 3900 ਤੋਂ ਲੈ ਕੇ 4100 ਰੁਪਏ ਤੱਕ 509 ਟਾਪ ਮਾਲ ਵਿਕਦੇ ਪੈਣ ਇਸ ਤੋਂ ਬਾਅਦ ਥਾਂ 509 ਕਟਰ ਵਜ਼ਨੀ ਜਿਹੜਾ ਅੱਛਾ ਕਟਰ ਹੈ ਉਹ 3600 ਰੁਪਏ ਤੋਂ ਲੈ ਕੇ 3800 ਤੱਕ ਮਾਲ ਵਿਕਦਾ ਪਿਆ ਅਤੇ ਤਕਰੀਬਨ 200-300 ਰੁਪਏ ਮੰਦਾ ਨਜ਼ਰ ਆ ਰਿਹਾ ਨਾਰਮਲ ਮਾਲ ਦਾ 3600 ਤੋਂ ਲੈ ਕੇ 3800 ਤੱਕ ਮਾਲ ਵਿਕ ਰਹੇ ਉਸ ਤੋਂ ਬਾਅਦ ਐਵਰੇਜ ਮਾਲ ਇਸ ਤੋਂ ਥੋੜ੍ਹਾ ਜਿਹਾ ਮਜ਼ੀਦ ਥੱਲੇ ਕੁਆਲਿਟੀ ਦੀ ਗੱਲ ਕਰੀਏ ਤਾਂ 3400 ਤੋਂ ਲੈ ਕੇ 3600 ਤੱਕ ਅੱਜ ਦੇ ਦਿਨ ਮਾਲ ਵਿਕ ਗਿਆ ਇਸ ਤੋਂ ਥੱਲੇ ਸਭ ਦਾਨੇ ਵਾਲਾ ਮਾਲ 3300 ਤੋਂ ਲੈ ਕੇ 3400 ਤੱਕ ਵਿਕਿਆ ਅੱਜ ਦੇ ਦਿਨ ਗਲਾ ਮੰਡੀ ਆਰਾ ਵਾਲਾ ਛਾਣਾਂ ਦੀ ਗੱਲ ਕਰੀਏ 2800 ਤੋਂ ਲੈ ਕੇ 2850 ਤੱਕ ਵਿਕ ਰਹੀ ਹੈ ਸਰੋਂ 6500 ਤੋਂ 6700 ਕਪਾਹ 7500 ਤੋਂ ਲੈ ਕੇ 8400 ਤੱਕ ਵਿਕਦੀ ਪਈ ਹੈ ਇਹਨਾਂ ਦੀ ਮਾਰਕੀਟ ਮੁਸਤਕਮ ਹੈ 10000 ਤੋਂ ਲੈ ਕੇ ਅਤੇ 12000 ਰੁਪਏ ਤੱਕ ਤਿਲ ਗਲਾ ਮੰਡੀ ਆਰਾ ਵਾਲਾ ਵਿਕਦੇ ਪੈਣ ਐਸੀ ਅੱਜ ਦੀ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ 'ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ 'ਤੇ ਵੀਡੀਓ ਦੇਖ ਰਹੇ ਹੋ ਅਤੇ ਸ਼ੇਅਰ ਲਾਜ਼ਮੀ ਕਰੋ ਕਰੀਮ ਬਖਸ਼ ਕਮਿਸ਼ਨ ਸ਼ਾਪ ਗੱਲਾ ਮੰਡੀ ਆਰੇ ਵਾਲਾ ਦੁਕਾਨ ਨੰਬਰ 5B